ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਨਾਮ ਜੀ? ਹਰਦੀਪ ਸਿੰਘ। ਕਿੱਥੋਂ ਆਏ ਸੀ? ਅਸੀਂ ਪਿੰਡ ਚਗਾਵਾਂ, ਤਹਿਸੀਲ ਮੋਗਾ। ਤੇ ਤੁਹਾਨੂੰ ਗੋਡਿਆਂ ਦੀ ਕੀ ਤਕਲੀਫ ਸੀ? ਗੋਡੇ ਮੇਰੇ ਪੇਨ ਕਰਦੇ ਰਹਿੰਦੇ ਸੀ। ਬਾਹਰ ਯੂਕੇ ਦੇ ਵਿੱਚ ਕੰਮ ਕਰਦਾ ਸੀ। ਤੇ ਤੁਸੀਂ ਆਪਣਾ ਗੋਡਿਆਂ ਦਾ ਇਲਾਜ ਕਿੱਥੋਂ ਕਰਵਾਇਆ ਸੀ? ਵਿਵੇਕ ਬੰਸਲ, ਪੰਜਾਬ ਕੈਂਸਰ ਕੇਅਰ, ਬਠਿੰਡੇ ਤੋਂ। ਹਾਂਜੀ। ਤੇ ਤੁਹਾਨੂੰ ਆਪਰੇਸ਼ਨ ਕਰਾਉਣ ਤੋਂ ਬਾਅਦ ਕੀ ਫਰਕ ਆਇਆ ਤੁਹਾਡੇ ਗੋਡਿਆਂ 'ਚ? ਆਪਰੇਸ਼ਨ ਕਰਾਉਣ ਤੋਂ ਬਾਅਦ ਫਰਕ ਥੋੜ੍ਹਾ ਜਿਹਾ ਮਹਿਸੂਸ ਹੁੰਦਾ ਦੱਸਦਾ ਹੁਣ ਮੈਨੂੰ, ਵੀ ਹੌਲੀ ਹੌਲੀ ਇਹ ਹੋ ਜਾਏਗਾ ਤੁਹਾਡੀ ਲਾਈਫ 'ਚ। ਹਾਂਜੀ, ਲਾਈਫ ਹਾਂਜੀ, ਚਾਹੇ ਅੱਗੇ ਨਾ ਪਹਿਲਾਂ ਨਾ ਸੌਖੇ ਆ। ਮਤਲਬ ਪੇਨ ਤਾਂ ਚਲੋ ਠੀਕ ਆ, ਜਿਹੜੀ ਹੋਣੀ ਆ ਉਹ ਤੋਂ ਬਾਅਦ 'ਚ ਸੈਟਿੰਗ ਹੋ ਜਾਏਗੀ। ਗੋਡੇ 'ਚ ਤੁਰਨਾ ਫਿਰਨਾ ਸੌਖਾ ਹੋ ਜਾਏਗਾ, ਆਪਦੀ ਜਿਹੜਾ ਹੈ ਬਾਹਰ ਅੰਦਰ ਜਾਣਾ ਸੌਖਾ ਹੋ ਜਾਏਗਾ। ਮੈਂ ਉਹਨਾਂ ਨੂੰ ਕਹਾਂ ਵੀ ਜ਼ਰੂਰ ਆਪਦਾ ਚੈੱਕਅਪ ਕਰਾ ਕੇ ਵਿਵੇਕ ਬੰਸਲ ਪੰਜਾਬ ਕੇਅਰ ਕੈਂਸਰ ਹੋਸਪਿਟਲ ਜ਼ਰੂਰ ਚੈੱਕਅਪ ਕਰਾਓ। ਠੀਕ ਹੈ, ਧੰਨਵਾਦ। ਥੈਂਕ ਯੂ ਜੀ।